ਉੱਥੇ ਕਣਕਾਂ ਉੱਗੀਆਂ, ਕਣਕਾਂ ਅੰਦਰ ਖੇਡਣ ਆਏ, ਚਿੜੀਆਂ ਮੋਰ ਤੇ ਘੁੱਗੀਆਂ, ਚਿੜੀਆਂ ਮੋਰ ਤੇ ਘੁੱਗੀਆਂ। ਜੀ ਕਣਕਾਂ ਦਾ ਇਹ ਮੌਸਮ, ਵਾਢੀਆਂ ਦਾ ਇਹ ਮੌਸਮ, ਜੱਟ ਦਾ ਮੌਸਮ, ਕਿਸਾਨੀ ਦਾ ਮੌਸਮ, ਵਿਸਾਖੀ ਦਾ ਮੌਸਮ। ਤੇ ਜਦੋਂ ਵਿਸਾਖੀ ਆਉਂਦੀ ਹੈ ਉਦੋਂ ਯਾਦ ਆਉਂਦਾ ਹੈ ਜੀ ਪੰਜਾਬ ਦਾ ਸੱਭਿਆਚਾਰ ਤੇ ਸੱਭਿਆਚਾਰ ਨਾਲ ਜੁੜੀ ਵਿਸਾਖੀ, ਕਦੀ ਗੁਰੂ ਗੋਬਿੰਦ ਸਿੰਘ ਜੀ ਦਾ ਆਨੰਦਪੁਰ ਤੇ ਕਦੇ ਅੰਮ੍ਰਿਤਸਰ ਦਾ ਖੂਨੀ ਸਾਕਾ। ਪਰ ਇਹਨਾਂ ਸਭ ਦੇ ਬਾਵਜੂਦ ਵੀ ਵਿਸਾਖੀ ਜਿਹੜੀ ਹੈ ਸਾਡੇ ਲਈ ਖੇੜਾ ਲੈ ਕੇ ਆਉਂਦੀ ਹੈ। ਖੇੜਾ ਕਿਸਾਨੀ ਦੀ ਆਰਥਿਕਤਾ ਦੀ ਮਜ਼ਬੂਤੀ ਦਾ, ਖੇੜਾ ਕਣਕ ਦੀ ਵਾਢੀ ਦਾ। ਸੋ ਅੱਜ ਦਾ ਇਹ ਵਿਸਾਖੀ ਦਾ ਮੇਲਾ ਜਿਹੜਾ ਖਾਲਸਾ ਕਾਲਜ ਦੇ ਵਿੱਚ ਮਨਾਇਆ ਜਾ ਰਿਹਾ ਹੈ, ਬੜਾ ਹੀ ਸੱਭਿਆਚਾਰਕ ਨਰੋਲ ਸੱਭਿਆਚਾਰ ਪੰਜਾਬ ਦੇ ਨੂੰ ਪੇਸ਼ ਕਰ ਰਿਹਾ ਇਹ ਮੇਲਾ ਹੈ, ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਸੱਭਿਆਚਾਰਕ ਚੀਜ਼ਾਂ ਸਾਡੇ ਖੂਹਾਂ ਤੋਂ ਇਲਾਵਾ ਸਾਡੇ ਪੁਰਾਣੇ ਘਰ ਨੇ, ਮੇਰੇ ਪਿੱਛੇ ਪੁਰਾਣਾ ਘਰ ਕਈਆਂ, ਬੜਾ ਕੁਝ ਸ਼ੋਅ ਕੀਤਾ ਜਾ ਰਿਹਾ। ਸੋ ਹਰ ਇੱਕ ਚੀਜ਼ ਦੇ ਨਾਲ ਅਸੀਂ ਤੁਹਾਨੂੰ ਜਾਣ ਪਹਿਚਾਣ ਕਰਵਾਵਾਂਗੇ। ਬਸ KCGC TV ਵੇਖਦੇ ਰਹੋ, ਸਬਸਕ੍ਰਾਈਬ ਕਰੋ ਜੀ ਸਾਨੂੰ, ਤੇ ਚਲੋ ਵਿਖਾਉਂਦੇ ਆ ਕਿਹੜੀਆਂ ਕਿਹੜੀਆਂ ਸੱਭਿਆਚਾਰਕ ਚੀਜ਼ਾਂ ਜਿਹੜੀਆਂ ਨੇ ਅੱਜ KCGC ਦੇ ਵਿੱਚ ਮੌਜੂਦ ਨੇ। ਸੋ ਇਹਨੂੰ ਪਹਿਚਾਣਦੇ ਹੋ ਜੀ? ਮੈਨੂੰ ਲੱਗਦਾ ਬਹੁਤੇ ਲੋਕ ਨਹੀਂ ਪਹਿਚਾਣਦੇ ਹੋਣਗੇ। ਇਹ ਜੀ ਡਰਨਾ, ਡਰਨਾ ਜਿਹੜਾ ਹੈ ਜਦੋਂ ਸਾਡੀਆਂ ਕਣਕਾਂ ਜਾਂ ਸਾਡੀ ਕੋਈ ਵੀ ਫਸਲ ਥੋੜ੍ਹੀ ਥੋੜ੍ਹੀ ਵੱਡੀ ਹੋ ਰਹੀ ਹੁੰਦੀ ਹੈ ਨਾ, ਤੇ ਉਹਦੇ 'ਤੇ ਚਿੜੀਆਂ ਬਹੁਤ, ਹਰ ਇੱਕ ਨੂੰ ਖਾਣ ਪੀਣ ਦਾ ਲਾਲਚ ਹੁੰਦਾ ਹੈ ਜੀ ਕਿਉਂ ਨਹੀਂ ਚੂਗਣ ਆਉਣਗੀਆਂ। ਸੋ ਜਦੋਂ ਚਿੜੀਆਂ ਤੋਂ ਆਪਣੀ ਫਸਲ ਬਚਾਉਣੀ ਹੁੰਦੀ ਸੀ ਤਾਂ ਕਿਸਾਨ ਇਹ ਡਰਨਾ ਜਿਹੜਾ ਸੀ ਖੇਤਾਂ ਦੇ ਵਿੱਚ ਖੜਾ ਕਰ ਦਿੰਦਾ ਸੀ, ਜਿਹਦਾ ਮਤਲਬ ਹੁੰਦਾ ਸੀ ਕਿ ਕੋਈ ਖੇਤਾਂ 'ਚ ਖੜਾ ਹੈ ਅਤੇ ਜਿਹਨੂੰ ਨੂੰ ਡਰਦੇ ਜਿਹੜੇ ਪੰਛੀ ਉਹਨਾਂ ਵਿੱਚ ਆਉਂਦੇ ਨਹੀਂ ਸੀ ਹੁੰਦੇ। ਅਤੇ ਇਹਦੇ ਨਾਲ ਦੀ ਨਾਲ ਇਹ ਜੀ ਤੂੜੀ ਵਾਲਾ ਮੁਸਲ, ਮੁਸਲ ਨੂੰ ਵੱਖ ਵੱਖ ਏਰੀਆ ਦੇ ਵਿੱਚ ਅਲੱਗ ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਹੈ, ਕੋਈ ਇਹਨੂੰ ਕੁੱਪ ਕਹਿ ਕੇ ਬੁਲਾਉਂਦਾ ਹੈ, ਕੋਈ ਕੁਛ। ਇਹ ਵੀ ਸਾਡੇ ਪੰਜਾਬੀ ਸੱਭਿਆਚਾਰ ਦਾ ਬਹੁਤ ਹੀ ਨਿਖੜਵਾ ਅੰਗ ਹੈ ਜਿਹੜਾ ਅੱਜ ਕੱਲ੍ਹ ਅਲੋਪ ਹੁੰਦਾ ਜਾ ਰਿਹਾ। ਬਹੁਤ ਏਰੀਆਜ ਦੇ ਵਿੱਚ ਅੱਜ ਕੱਲ੍ਹ ਇਹ ਮੁਸਲ ਜਾਂ ਕੁੱਪ ਨਹੀਂ ਮੰਨਿਆ ਜਾ ਰਿਹਾ, ਸੋ ਇਹ ਵੀ ਬਹੁਤ ਪੰਜਾਬੀ ਸੱਭਿਆਚਾਰ ਦਾ ਨਿਖੜਵਾ ਅੰਗ ਹੈ। ਆਹ ਵੇਖਦੇ ਹਾਂ ਹੋਰ ਕੀ ਹੈ ਇਸ ਮੇਲੇ ਦੇ ਵਿੱਚ ਸੱਭਿਆਚਾਰ ਨਾਲ ਰਿਲੇਟਡ। ਸੋ ਦਰਸ਼ਕੋ, ਇਸ ਸਵਾਰੀ ਦਾ ਪਤਾ ਹੈ ਤੁਹਾਨੂੰ, ਇਹ ਜੀ ਟਾਂਗਾ। ਜਦੋਂ ਕੋਈ ਚੀਜ਼ ਮੌਜੂਦ ਨਹੀਂ ਸੀ ਨਾ ਤੇ ਸਾਡੇ ਆਉਣ ਜਾਣ ਦਾ ਸਾਧਨ ਸੀ ਇਹ ਟਾਂਗਾ। ਇਹ ਪੰਜਾਬੀ ਸੱਭਿਆਚਾਰ ਦਾ ਬੜਾ ਨਿਖੜਵਾ ਅੰਗ ਹੈ, ਤੇ ਹੋ ਸਕਦਾ ਤੁਸੀਂ ਬਹੁਤੇ ਜਾਣੇ ਇਹਦੇ ਬਾਰੇ ਨਾ ਜਾਣਦੇ ਹੋਵੋ, ਪਰ ਇਹ ਜੀ ਇਹਦੇ ਬਹੁਤ ਸਫ਼ਰ ਕਰਵਾਇਆ ਹੈ ਸਾਡੇ ਪੰਜਾਬੀਆਂ ਨੂੰ ਜਦੋਂ ਸਾਡੇ ਕੋਲ ਕੋਈ ਵੀ ਸਾਧਨ ਨਹੀਂ ਸੀ ਹੁੰਦਾ। ਸੋ ਟਾਂਗੇ ਦੀ ਸਵਾਰੀ ਦਾ ਆਨੰਦ ਅੱਜ ਜ਼ਰੂਰ ਮਾਣਿਓ। ਇਹ ਖਾਸ ਸਵਾਰੀ ਹੈ ਜਿਹਦੇ ਰਾਹੀਂ ਅੱਜ ਸਾਡੇ ਆਨਰੇਰੀ ਸੈਕਟਰੀ ਸਾਹਿਬ ਇਸ ਟਾਂਗੇ ਦੇ ਰਾਹੀਂ ਹੀ ਸਾਡੇ ਮੇਲੇ ਦੇ ਵਿੱਚ ਪਹੁੰਚਣਗੇ। ਸੋ ਤੁਸੀਂ ਵੀ ਜ਼ਰੂਰ ਆਨੰਦ ਮਾਣਿਓ ਇਸ ਸਵਾਰੀ ਦਾ ਜੀ। ਜਿਹੜੀ ਪ੍ਰਦਰਸ਼ਨੀ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਜਿੰਨੇ ਵੀ ਚਿਹਰੇ ਨੇ ਇਹ ਸਾਡੇ ਸੂਰਬੀਰਾਂ ਦੇ, ਸਾਡੇ ਮਹਾਨ ਯੋਧਿਆਂ ਦੇ ਨੇ। ਤੇ ਇੱਥੇ ਹੋ ਰਿਹਾ ਹੈ ਜੀ ਫੁਲਕਾਰੀ ਕੰਪੀਟੀਸ਼ਨ। ਫੁਲਕਾਰੀ ਕੰਪੀਟੀਸ਼ਨ, ਫੁਲਕਾਰੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਵੀ ਹਰ ਕੋਈ ਫੁਲਕਾਰੀ ਦਾ ਦੀਵਾਨਾ ਹੈ। ਤੇ ਤੁਸੀਂ ਸੋਚੋ ਜਦੋਂ ਇਹ ਫੁਲਕਾਰੀਆਂ ਖੱਦਰ ਦੇ ਕੱਪੜਿਆਂ ਤੇ ਹੱਥਾਂ ਦੇ ਨਾਲ ਕੱਢੀਆਂ ਜਾਂਦੀਆਂ ਸੀ, ਸਾਲ ਸਾਲ ਲੰਘ ਜਾਂਦਾ ਸੀ ਉਹ ਬਾਗ ਬਣਾਉਂਦੇ ਆ, ਤੇ ਇੱਥੇ ਫੁਲਕਾਰੀ ਦਾ ਕੰਪੀਟੀਸ਼ਨ ਚੱਲ ਰਿਹਾ। ਸਾਡੀਆਂ ਮੁਟਿਆਰਾਂ ਅੱਜ ਵੀ ਫੁਲਕਾਰੀ ਕੱਢਣਾ ਜਾਂਦੀਆਂ ਨੇ। ਖਾਲਸਾ ਕਾਲਜ ਦੇ ਵਿੱਚ ਹਰ ਕੋਈ ਚੀਜ਼ ਜਿਹੜੀ ਸਿਖਾਈ ਜਾਂਦੀ ਹੈ। ਇਸ ਕੰਪੀਟੀਸ਼ਨ ਤੋਂ ਅੱਗੇ ਚੱਲਦੇ ਹਾਂ ਤੇ ਇੱਥੇ ਸਾਜ ਲੱਗੇ ਹੋਏ ਨੇ, ਲੋਕ ਸਾਜ। ਸੋ ਇਹ ਹੈ ਜੀ ਮਿਊਜ਼ਿਕ ਡਿਪਾਰਟਮੈਂਟ ਵੱਲੋਂ ਲੱਗੀ ਹੋਈ ਸਾਡੇ ਸੱਭਿਆਚਾਰਕ ਸਾਜ਼ਾਂ ਦੀ ਪ੍ਰਦਰਸ਼ਨੀ ਜੀ। ਇਹ ਸਾਰੇ ਸਾਜ ਜਿਹੜੇ ਨੇ, ਕਹਿੰਦੇ ਨੇ ਕਿ ਬਾਬੇ ਨਾਨਕ ਦਾ ਸਫ਼ਰ ਵੀ ਜਿਹੜਾ ਸੀ ਨਾ, ਸਾਜ਼ਾਂ ਤੇ ਰਾਗਾਂ ਤੇ ਬਿਨਾਂ ਉਸ ਰੱਬੀ ਰੂਹ ਵੀ ਨਹੀਂ ਸੀ ਉਹ ਆਪਣੇ ਸਫ਼ਰ ਦੇ ਲਈ ਤੁਰੇ, ਕਿਉਂਕਿ ਉਹਨਾਂ ਨੂੰ ਵੀ ਇਹਨਾਂ ਦੀ ਮਹਾਨਤਾ ਜਿਹੜੀ ਸੀ ਸਾਨੂੰ ਦੱਸਣੀ ਸੀ। ਸੋ ਇਹ ਸਾਰੇ ਸਾਜ ਜਿਹੜੇ ਨੇ ਇੱਥੇ ਲੱਗੇ ਹੋਏ ਨੇ, ਨਰੋਲ ਸਾਡੇ ਸੱਭਿਆਚਾਰ ਨਾਲ, ਸਾਡੇ ਵਿਰਸੇ ਦੇ ਨਾਲ ਸੰਬੰਧਿਤ ਨੇ। ਮਿਊਜ਼ਿਕ ਡਿਪਾਰਟਮੈਂਟ ਖਾਲਸਾ ਕਾਲਜ ਦੇ ਨੇ ਪ੍ਰਦਰਸ਼ਨੀ ਲਗਾਈ ਹੋਈ ਹੈ, ਪਰ ਬਹੁਤ ਸਾਰੇ ਸਾਜ ਇੱਦਾਂ ਦੇ ਨੇ ਜਿਨ੍ਹਾਂ ਦੇ ਸਾਨੂੰ ਨਾਮ ਵੀ ਨਹੀਂ ਪਤਾ ਹੋਣਗੇ। ਖੈਰ ਇਹ ਬੀਨ ਹੈ, ਇਹ ਤਾਂ ਮੈਨੂੰ ਪਤਾ ਹੈ ਮੇਰੇ ਹੱਥ 'ਚ ਜਿਹੜੀ ਫੜੀ ਹੋਈ ਹੈ। ਸਪੇਰਿਆਂ ਨੂੰ ਕੀਲਾ, ਸੱਪਾਂ ਨੂੰ ਕੀਲਣਾ ਆਉਂਦਾ ਹੁੰਦਾ ਹੈ ਅਤੇ ਉਹ ਇਸ ਬੀਨ ਦੇ ਰਾਹੀਂ ਕੀਲਦੇ ਨੇ। ਸੋ ਇਹ ਸਾਜ ਜਿਹੜੇ ਨੇ ਲੋਕ ਸਾਜ, ਲੋਕ ਧੁਨਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ। ਮਿਊਜ਼ਿਕ ਡਿਪਾਰਟਮੈਂਟ ਦੀਆਂ ਪ੍ਰਦਰਸ਼ਨੀਆਂ, ਚਲੋ ਫਿਰ ਚੱਲਦੇ ਹਾਂ ਅੱਗੇ। ਸੋ ਦਰਸ਼ਕੋ, ਇਹਦੀ ਪਹਿਚਾਣ ਤਾਂ ਸ਼ਾਇਦ ਤੁਹਾਨੂੰ ਆਈ ਗਈ ਹੋਵੇਗੀ, ਇਹ ਹੈ ਜੀ ਪੰਜਾਬ ਦੀ ਸਵਾਣੀ ਦਾ ਚੌਂਕਾ ਚੁੱਲ੍ਹਾ, ਜਿੱਥੇ ਪੰਜਾਬੀ ਸਵਾਣੀ ਕਦੇ ਚੁੱਲ੍ਹਿਆਂ ਦੇ ਉੱਪਰ ਆਪਣਾ ਕੰਮ ਕਰਦੀ ਸੀ ਰੋਜ਼ਾਨਾ ਖਾਣ ਪੀਣ ਦਾ। ਇਹ ਚਾਟੀਆਂ, ਇਹ ਧਾੜੀਆਂ, ਇਹ ਚੱਪੜੀਆਂ, ਹਰ ਇੱਕ ਚੀਜ਼ ਜਿਹੜੀ ਹੈ ਸਾਡੇ ਪੰਜਾਬੀ ਸੱਭਿਆਚਾਰ ਦਾ ਨਿਖੜਵਾ ਕੇ, ਕਿਉਂਕਿ ਇਹਨਾਂ ਦੇ ਬਿਨਾਂ ਲੋਹ ਹੈ, ਬਰਾਤਾਂ, ਗਾਗਰਾਂ, ਸ਼ਾਇਦ ਅੱਜ ਕੱਲ੍ਹ ਇਹ ਚੀਜ਼ਾਂ ਵੇਖਣ ਨੂੰ ਵੀ ਬਹੁਤ ਘੱਟ ਮਿਲਦੀਆਂ ਨੇ। ਸੋ ਅਸੀਂ ਇੱਥੇ ਤੁਹਾਨੂੰ ਦਿਖਾ ਰਹੇ ਹਾਂ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਮਿੱਟੀ ਦੇ ਬੱਤੇ ਨੇ, ਲੋਹੇ, ਜਿੰਨੇ ਵੀ ਬਣੇ ਹੋਏ ਭਾਂਡੇ ਨੇ, ਇਹ ਚੌਂਕਾ ਜਿਹੜਾ ਹੈ ਸਾਡੇ ਪੰਜਾਬੀ ਸੱਭਿਆਚਾਰ ਦਾ ਨਿਖੜਵਾ ਅੰਗ ਹੈ। ਇੱਧਰ ਇੱਕ ਸਾਈਡ 'ਤੇ ਤੁਸੀਂ ਵੇਖ ਰਹੇ ਹੋ ਕਿ ਇੱਥੇ ਪੱਟੀ ਤਪ ਰਹੀ ਹੈ, ਉੱਧਰ ਦੇਖਿਆ ਜਾਵੇ ਕਿ ਉਹ ਛੱਜ ਬਣ ਰਹੇ ਨੇ, ਉਸ ਪਾਸੇ ਅਸੀਂ ਹੋਰ ਵੀ ਕੋਲ ਜਾ ਕੇ
ਕੇ ਤੁਹਾਨੂੰ ਦਿਖਾਵਾਂਗੇ। ਆਓ ਅਸੀਂ ਜ਼ਰੂਰ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਿਖਾ ਦੇ ਰਹੇ ਹਾਂ, ਬੜੇ ਹੀ ਸ਼ੌਕ ਦੇ ਨਾਲ ਇਹਨਾਂ ਚੀਜ਼ਾਂ ਦੇ ਕੋਲ ਅਸੀਂ ਫੋਟੋਆਂ ਖਿਚਵਾ ਰਹੇ ਹਾਂ। ਪਰ ਇਹ ਕਦੀ ਸਾਡਾ ਸੱਭਿਆਚਾਰ ਹੋਇਆ ਕਰਦਾ ਸੀ, ਇਹ ਕਦੀ ਸਾਡੇ ਅਨਿੱਖੜਵੇਂ ਅੰਗ ਹੋਇਆ ਕਰਦੇ ਸੀ, ਅੱਜ ਸਾਡੇ ਟੀਚਰਸ ਇਹਨਾਂ ਅਨਿੱਖੜਵੇਂ ਅੰਗਾਂ ਨੂੰ ਮਾਣ ਰਹੇ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ, ਪਰ ਕਦੇ ਇਹ ਸਾਡਾ ਜੀਵਨ ਹੋਇਆ ਕਰਦਾ ਸੀ। ਸੋ ਇਹ ਸੱਚ ਬਣ ਰਹੇ ਨੇ, ਇਹ ਮਿੱਟੀ ਦੇ ਬਰਤਨ ਨੇ, ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਬਹੁਤ ਹੀ ਅਨਿੱਖੜਵਾਂ ਅੰਗ ਨੇ। ਸਾਡੇ ਟੀਚਰਸ ਅੱਜ ਸਪੈਸ਼ਲ ਫੁਲਕਾਰੀਆਂ ਲੈ ਕੇ ਆਏ ਹੋਏ ਨੇ, ਸੋ ਬੜੇ ਹੀ ਪਿਆਰੇ ਲੱਗ ਰਹੇ ਨੇ ਸਾਰੇ। ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸਾ ਜਿਹੜਾ ਹੈ ਸੱਚਮੁੱਚ ਹੀ ਬਹੁਤ ਅਮੀਰ ਹੈ। ਅਤੇ ਇੱਧਰ ਇੱਕ ਸਾਈਡ 'ਤੇ ਤੁਹਾਨੂੰ ਇੱਕ ਚੀਜ਼ ਹੋਰ ਵਿਖਾਉਣਾ ਚਾਹਾਂਗੀ ਮੈਂ, ਇਹ ਸਾਡੇ ਸਰਦਾਰ, ਸਾਡੇ ਕਿਸਾਨਾਂ ਦਾ ਅਨਿੱਖੜਵਾਂ ਅੰਗ ਸੀ ਗੱਡਾ। ਇਸ ਗੱਡੇ ਤੋਂ ਬਿਨਾਂ ਸਾਡੀ ਕਿਸਾਨੀ ਨਹੀਂ ਸੀ ਚੱਲਦੀ। ਸੋ ਇਹ ਗੱਡਾ ਅਸੀਂ ਤੁਹਾਨੂੰ ਕੋਲੋਂ ਜਾ ਕੇ ਵਿਖਾਉਣਾ ਚਾਹਾਂਗੇ। ਕਦੇ ਦੋ ਬੈਲ ਲੱਗਿਆ ਕਰਦੇ ਸੀ, ਇਹਦੇ ਹੀ ਸਾਡਾ ਰੋਜ਼ਾਨਾ ਜਿਹੜਾ ਕੰਮ ਕਾਰ ਉਹ ਹੋਇਆ ਕਰਦਾ ਸੀ। ਇਹ ਪੰਜਾਬੀ ਗੱਡਾ ਹੈ ਜੀ ਸਾਡਾ। ਸੋ ਉਮੀਦ ਕਰਾਂਗੇ ਕਿ ਇਹ ਜਿਹੜਾ ਸੀ ਸੱਭਿਆਚਾਰ, ਬਹੁਤ ਨਹੀਂ ਕੁਛ 1-2% ਅਸੀਂ ਜੋ ਵਿਖਾ ਸਕੇ ਹਾਂ ਤੁਹਾਨੂੰ, ਜੋ ਖਾਲਸਾ ਕਾਲਜ ਨੇ ਇਸ ਮੇਲੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਤੁਹਾਡੇ ਸੱਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਅਸੀਂ KCGC ਦੇ ਰਾਹੀਂ ਤੁਹਾਡੇ ਤੱਕ ਪਹੁੰਚਾ ਸਕੇ ਹਾਂ, ਤੁਸੀਂ ਜ਼ਰੂਰ ਆਪਣੇ ਇਸ ਅਮੀਰ ਵਿਰਸੇ, ਅਮੀਰ ਸੱਭਿਆਚਾਰ ਦੇ ਨਾਲ ਜੁੜੋਗੇ। ਸੋ ਵੇਖਦੇ ਰਹੋ KCGC TV ਚੈਨਲ। ਮੈਂ ਗੁਰਮਿੰਦਰ ਇੱਕ ਵਾਰੀ ਬਹੁਤ ਧੰਨਵਾਦ ਦੁਬਾਰਾ ਤੁਹਾਡਾ ਕਰਦੀ ਹਾਂ। ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।